ਮੇਰੇ ਬੁੱਢੀ ਦਾ ਨਾਮ ਨੀਲਾ ਮੈਂ ਜਾਂ ਤੇਰੇ ਮੇਰੇ ਬੱਚੇ। ਮੈਂ ਬਚਪਨ ਤੋਂ ਹੀ ਭੱਠੇ ਦਾ ਕੰਮ ਕੀਤਾ ਕਿਉਂਕਿ ਮੇਰਾ ਮਾਂ ਪਿਓ ਵੀ ਭੱਠੇ ਦਾ ਕੰਮ ਕਰਦਾ। ਇੰਝ ਹੀ ਘਰ ਦੀਆਂ ਮਜ਼ਬੂਰੀਆਂ ਤੋਂ ਛੋਟੀਆਂ ਮੋਟੀਆਂ ਤੋਂ ਭੱਠੇ ਤੋਂ ਪੈਸੇ ਚੁੱਕਦੇ ਰਹੇ, ਸੂਦ ਨਾਲ ਬਹੁਤੇ ਹੁੰਦੇ ਗਏ। ਇੰਝ ਹੀ ਮੇਰੀ ਸ਼ਾਦੀ ਹੋਈ ਔਰ ਭੱਠੇ ਤੋਂ ਕਰਜ਼ਾ ਲੈ ਕੇ ਵਿਆਹ ਕੀਤਾ। ਵਿਆਹ ਤੋਂ ਬਾਅਦ ਮੇਰੀ ਬੀਵੀ ਵੀ ਭੱਠੇ 'ਤੇ ਕੰਮ ਕਰਨ ਲੱਗ ਪਈ। ਅਸੀਂ ਕਰਜ਼ਾ ਲਾਉਣ ਦੀ ਬੜੀ ਕੋਸ਼ਿਸ਼ ਕੀਤੀ, ਦਿਨ ਬ ਦਿਨ ਲੱਥਾਂ ਨਹੀਂ ਦਿਨ ਬ ਦਿਨ ਵੱਧਦਾ ਹੀ ਗਿਆ। 12-12 ਘੰਟੇ ਵੀ 14-14 ਘੰਟੇ ਵੀ ਕੰਮ ਕੀਤਾ ਮਗਰ ਕਰਜ਼ਾ ਨਹੀਂ ਲੱਥਾ। ਸੁਬਹਾ 5 ਵਜੇ ਤੋਂ ਲੱਗ ਕੇ ਸ਼ਾਮ 5 ਵਜੇ ਤੱਕ ਵੀ ਇੱਟਾਂ ਲਾਈਆਂ ਨੇ ਅਤੇ ਰਾਤ ਨੂੰ ਟਰਾਲੇ ਵੀ ਲੱਗਦੇ ਰਹੇ ਇੱਟਾਂ ਦੇ, ਸਾਡੇ ਪੈਸੇ ਨਹੀਂ ਲੱਥੇ। ਸਾਨੂੰ ਮਜ਼ਦੂਰੀ ਬਹੁਤ ਘੱਟ ਦਿੰਦੇ ਸੀ, ਫਿਰ ਵੀ ਸਾਡੇ ਅੱਧੇ ਪੈਸੇ ਕਰਜ਼ੇ 'ਚ ਕੱਟ ਲੈਂਦੇ ਸੀ। ਸਾਡਾ ਫਿਰ ਵੀ ਕਰਜ਼ਾ ਲੱਥਣ ਦੀ ਬਜਾਏ ਵਧਿਆ ਹੀ ਹੈ। ਮੈਂ ਤਾਂ ਇੰਨਾ ਕਰਜ਼ਾ ਕਰਤਾ ਕਿ ਮੇਰਾ ਆਉਣਾ ਜਾਣਾ ਬਾਹਰ ਬੰਦ ਕਰਤਾ। ਕਿਤੇ ਰਿਸ਼ਤੇਦਾਰਾਂ ਦੇ ਗਮੀ ਖੁਸ਼ੀ 'ਤੇ ਆਉਣ ਨਹੀਂ ਜਾਂਦੇ, ਜਾਣ ਨਹੀਂ ਦਿੰਦੇ ਕਿ ਤੂੰ ਭੱਜ ਨਾ ਜਾਏ। ਬਾਹਰ ਵਾਲੇ ਦਿਨ ਵੀ ਲਾ ਕੇ ਮੈਨੂੰ ਅਤੇ ਮੇਰੀ ਬੁੱਢੀ ਨੂੰ ਕੰਮ ਕਰਵਾਉਂਦੇ ਰਹੇ। ਸਿਆਲ ਗਰਮੀਆਂ ਬੱਚਿਆਂ ਨਾਲ ਕੰਮ ਕਰਦੇ ਕਿ ਕਰਜ਼ਾ ਲੱਥ ਜਾਏ, ਮਗਰ ਕਰਜ਼ਾ ਲੱਥਾ ਨਹੀਂ। ਮੈਂ ਸਾਰੀ ਜ਼ਿੰਦਗੀ ਵੀ ਲੱਗਾ ਰਹਿੰਦਾ ਅਤੇ ਮੇਰੇ ਤੋਂ ਜਿੰਨਾ ਮੇਰੇ ਤੋਂ ਕਰਜ਼ਾ ਕੀਤਾ ਲੱਥਣਾ ਨਹੀਂ ਸੀ। ਮੈਂ ਸ਼ੁਕਰਗੁਜ਼ਾਰ ਹਾਂ ERC ਵਾਲਿਆਂ ਦਾ ਜਿਨ੍ਹਾਂ ਨੇ ਮਦਦ ਕੀਤੀ। ਮੈਂ ਸ਼ੁਕਰਗੁਜ਼ਾਰ ਹਾਂ ਕੌਂਸਲ ਲੋਕ ਨੌਤ ਉਹਦੇ ਬੱਚਿਆਂ ਦਾ, ਮਾਂ ਬਾਪ ਦਾ। ਇਸ ਮਸੀਹ ਦਾ ਸਾਥ ਹੋਏ ਔਰ ਬਰਕਤ ਦਿੱਤੀ।